देख रहे हैं कि खरबूजे की खेती है, किन्ने एकड़ च तुसी कीती पहले दसवा? असी 25 एकड़ च खरबूजा लाया जी, 3 एकड़ इहदे च मतीरा लाया जी। इहनू पानी दी किन्नी लोड़ हुंदी है? पानी तां जिवें हुण लाया, हुण तां इहनू हफ्ते 10 दिन दे बाद विच पानी लाउणा जी। ਜਿਵੇਂ ਜਿਵੇਂ ਗਾਂ ਗਰਮੀ ਵੱਧਦੀ ਜਾਂਦੀ ਹੈ, ਫਿਰ ਤੀਜੇ ਚੌਥੇ ਦਿਨ ਪਾਣੀ ਇਹਨੂੰ ਲਾਉਣਾ ਜ਼ਰੂਰੀ ਹੋ ਜਾਂਦਾ। ਬਾਰਿਸ਼ ਨਾਲ ਵੀ ਇਹਨੂੰ ਇੰਨੀ ਜ਼ਿਆਦਾ ਪ੍ਰੋਬਲਮ ਨਹੀਂ ਆਉਂਦੀ, ਕਿਉਂਕਿ ਇਹ ਤਾਂ ਜਿਹੜੀ ਮਲਚਿੰਗ ਸ਼ੀਟ ਆ ਨਾ, ਇਹ ਪਾਣੀ ਹੈ ਜਿਹੜਾ, ਇਹ ਪਾਣੀ ਇਹਦੇ ਵਿੱਚ ਨਹੀਂ ਜਾਣ ਦਿੰਦੀ ਹੈ, ਮਲਚਿੰਗ ਸ਼ੀਟ ਪਾਣੀ ਪਾਸੇ ਨੂੰ ਇੱਥੋਂ ਢਾਲ ਦਿੰਦੀ, ਕਰਕੇ ਵੀ ਇਹਦਾ ਪਾਣੀ ਦਾ ਕੋਈ ਜ਼ਿਆਦਾ ਅਤੇ ਨੁਕਸਾਨ ਨਹੀਂ ਹੁੰਦਾ। ਇੱਕ ਜਿਹੜਾ ਇਹਨੂੰ ਆਪਾਂ ਪਾਣੀ ਲਾਉਣੇ, ਜਿਹੜਾ ਮਿਕਸਚਰ ਹਵਾ ਇਹਦੀ ਹੈਗਾ ਪਾਣੀ ਦਾ, ਉਹ ਇਹਦਾ ਇੱਕ ਸਾਰ ਬਣਾ ਕੇ ਰੱਖਦਾ, ਜਿਹੜੀ ਇਹਦੀ ਗਰੋਥ ਆ ਵੱਲ ਦੀ ਬਹੁਤ ਸਰ ਵਧੀਆ ਹੁੰਦੀ ਹੈ। ਨੰਬਰ 2 'ਤੇ ਜਿਹੜਾ ਇਹਨੂੰ ਫਰੂਟ ਲੱਗਣਾ ਹੈ, ਉਹ ਇਹਦੇ ਉੱਪਰ ਉੱਪਰ ਹੀ ਰਹਿਣਾ, ਫਰੂਟ ਮਿੱਟੀ ਨਾਲ ਲੱਗ ਕੇ ਉਹ ਖਰਾਬ ਨਹੀਂ ਹੁੰਦਾ। ਸ਼ੁਰੂਆਤੀ ਖਰਚਾ ਕਿੰਨਾ ਹੁੰਦਾ ਹੈ? ਦੇਖੋ ਜੀ, ਟੋਟਲ ਖਰਚਾ ਜਿਹੜਾ ਹੁਣ ਉਵੇਂ ਤਾਂ ਲਿਖਿਆ ਨਹੀਂ, ਜਿਹੜਾ ਟੋਟਲ ਖਰਚਾ ਹੈਗਾ ਐਂਡ ਤੱਕ 70-80 ਹਜ਼ਾਰ ਰੁਪਇਆ ਇੱਕ ਏਕੜ ਦਾ ਖਰਚਾ ਜੀ ਇਹਦਾ। ਆਲੂ ਦੀ ਖੇਤੀ ਤੁਸੀਂ ਕਰ ਰਹੇ ਹੋ, ਦੇਖ ਰਹੇ ਕਿ ਗੱਟੇ ਭਰੇ ਜਾ ਰਹੇ ਨੇ ਔਰ ਲਗਾਤਾਰ ਮਸ਼ੀਨਾਂ ਲੱਗੀਆਂ ਹੋਈਆਂ ਨੇ, ਫਿਰ ਆਲੂ ਕਿਹੜਾ ਤੁਸੀਂ ਜਿਹੜਾ ਲਗਾਇਆ ਹੋਇਆ ਹੈ? ਸਾਡੇ ਕੋਲ 2-3 ਵਰਾਇਟੀਆਂ ਜੀ, ਇੱਕ ਤਾਂ LR ਆ, ਉਹ ਲਾਲ ਕਲਰ 'ਚ ਆ, ਅਤੇ ਜਿਹੜਾ ਡਾਇਮੰਡ ਆ ਉਹ ਵਾਈਟ ਕਲਰ ਦੇ ਵਿੱਚ ਆ, ਅਤੇ 40 ਕਿੱਲੇ ਸਾਡੇ ਕੋਲ LR ਦੇ ਬੀਜੇ ਸੀਗੇ ਅਤੇ 45 ਕਿੱਲੇ ਡਾਇਮੰਡ ਦੇ ਬੀਜੇ। ਇਹ ਵੀ ਮੌਸਮੀ ਆਲੂ ਹੁੰਦੇ ਨੇ ਜਾਂ ਫਿਰ ਗਰਮੀਆਂ ਦੇ ਸੀਜ਼ਨ ਵਿੱਚ ਹੀ ਸ਼ੁਰੂਆਤੀ ਹੁੰਦੀ ਹੈ? ਨਹੀਂ ਜੀ, ਆਲੂ ਤਾਂ ਜਿਵੇਂ ਆਪਣੇ ਅਕਤੂਬਰ 'ਚ ਲੱਗਣੇ ਆ ਅਤੇ ਹੁਣ ਫਰਵਰੀ ਮਾਰਚ ਦੇ ਵਿੱਚ ਇਹਦਾ ਐਂਡ ਆ ਜੀ। ਤੁਸੀਂ ਮੂੰਗੀ ਦੀ ਖੇਤੀ ਕਿੰਨੇ ਸਮੇਂ ਤੋਂ ਕਰਦੇ ਆ ਰਹੇ ਹੋ? ਮੂੰਗੀ ਦੀ ਖੇਤੀ ਤਾਂ ਜਦੋਂ ਦੇ ਆਲੂ ਲਾਉਣੇ, ਉਸ ਤੋਂ ਬਾਅਦ ਜਿਹੜੀ ਤੀਜੀ ਫਸਲ ਲਾਉਣੀ ਮੂੰਗੀ ਲਾਉਣੇ ਆ ਜੀ, ਜਦੋਂ ਦੇ ਆਲੂ ਲਾਉਣੇ ਉਦੋਂ ਦੇ ਮੂੰਗੀ ਦੀ ਫਸਲ ਲਾ ਰਹੇ। ਆਲੂ ਪੱਟ ਕੇ ਅਤੇ ਨਾਲ ਦੀ ਨਾਲ ਕੰਪਿਊਟਰ ਕਰਾਹ ਲਾ ਦਿੰਦੇ ਜੀ, ਕੰਪਿਊਟਰ ਕਰਾਹ ਲਾ ਕੇ ਉਹਨੂੰ ਜ਼ਮੀਨ ਨੂੰ ਪਾਣੀ ਨਾਲ ਭਰ ਦਿੰਦੇ ਜੀ, ਜਿਹੜਾ ਉਹਨੂੰ ਆਪਾਂ ਰੌਣੀ ਕਹਿ ਸਕਦੇ ਹਾਂ ਵੀ ਰੌਣੀ ਕਰਤਾ। ਉਸ ਤੋਂ ਬਾਅਦ ਜਦੋਂ ਵੱਤ ਆਉਂਦੀ ਆ ਜੀ, ਉਹਨੂੰ ਜ਼ਮੀਨ ਨੂੰ ਚੰਗੀ ਤਰ੍ਹਾਂ ਵਾਹ ਕੇ ਤਿਆਰ ਕਰਕੇ ਅਤੇ 15-18 ਕਿੱਲੋ ਮੂੰਗੀ ਦਾ ਬੀਜ ਏਕੜ ਦਾ ਪਾ ਕੇ ਆਪਾਂ ਉਹਨਾਂ ਨੂੰ ਬੀਜ ਦੇਣਾ ਜੀ, ਅਤੇ 70-75 ਦਿਨਾਂ ਦੇ ਵਿੱਚ ਉਹ ਮੂੰਗੀ ਕੱਟਣ ਵਾਲੀ ਹੋ ਜਾਂਦੀ ਹੈ। ਸਟ੍ਰੋਬੇਰੀ ਦਾ ਟ੍ਰਾਇਲ ਜਿਹੜਾ ਸਫਲ ਹੋ ਗਿਆ, ਹੁਣ ਅੱਗੇ ਲੱਗਦਾ ਕਿ ਅਸੀਂ ਖਰਬੂਜਾ ਜਾਂਗੇ ਅਤੇ ਸਟ੍ਰੋਬੇਰੀ ਦੇਖਾਂਗੇ? ਬਿਲਕੁਲ ਜੀ, ਹੁਣ ਬਸ ਇਹ ਹੁਣ ਮੈਂ ਮੰਡੀ 'ਚ ਪਤਾ ਕਰਨਾ ਵੀ ਇਹਦਾ ਹੁਣ ਕੀ ਰੇਟ ਚੱਲ ਰਿਹਾ, ਪਹਿਲਾਂ ਕੀ ਰੇਟ ਸੀਗਾ, ਜੇ ਕੋਈ ਮੰਡੀ 'ਚ ਨਾ ਕੋਈ ਪ੍ਰੋਬਲਮ ਆਉਂਦੀ ਹੋਈ ਫਿਰ ਆਪਾਂ, ਕਿਉਂਕਿ ਇਹਦਾ ਖਰਚਾ ਬਹੁਤ ਜ਼ਿਆਦਾ ਇੱਕੜ ਦਾ ਆਉਣਾ। ਤੁਸੀਂ ਮੰਡੀਕਰਨ ਦੀ ਗੱਲ ਕੀਤੀ ਹੈ, ਮੰਡੀਕਰਨ ਤਾਂ ਹੁਣ ਮੋਦੀ ਸਰਕਾਰ ਖਤਮ ਕਰਨ ਜਾ ਰਹੀ ਹੈ, ਕਹਿੰਦੀ ਕਿ ਅਸੀਂ ਮੰਡੀਕਰਨ ਰੱਖਣਾ ਹੀ ਨਹੀਂ ਹੈ, ਕਾਰਪੋਰੇਟ ਘਰਾਣਿਆਂ ਦੇ ਹੱਥ ਵਿੱਚ ਆ ਜਾਣਾ, ਕਿਉਂਕਿ ਖੇਤੀ ਕਾਨੂੰਨ ਦਾ ਵਿਰੋਧ ਵੀ ਜਾਰੀ ਹੈ। ਬਿਲਕੁਲ ਜੀ, ਬਹੁਤ ਮਾੜੀ ਗੱਲ ਹੈ ਅਤੇ ਇਹਨੂੰ ਸੋਚਣਾ ਚਾਹੀਦਾ, ਕਿਉਂਕਿ ਜ਼ਿਮੀਂਦਾਰਾਂ ਨੇ ਇਹਦੀ ਸਰਕਾਰ ਬਣਾਈ ਹੈ ਅਤੇ ਜ਼ਿਮੀਂਦਾਰਾਂ ਨੇ ਇਹਨੂੰ ਥੱਲੇ ਲਾਉਣਾ। ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਇਹ ਗੱਲ ਆਖਦੇ ਨੇ ਕਿ ਅਸੀਂ ਮੰਡੀਕਰਨ ਖਤਮ ਨਹੀਂ ਕਰਾਂਗੇ, ਅਸੀਂ ਸਾਡੀ MSP ਜਿਹੜੀ ਆ ਉਹ ਕਾਨੂੰਨੀ ਬਣਾ ਦੇਵਾਂ। ਕੀ ਲੱਗਦਾ ਕਿ ਸਿਰਫ ਸਾਨੂੰ ਕਣਕ ਔਰ ਝੋਨੇ 'ਤੇ MSP ਮਿਲੇਗੀ ਜਾਂ ਬਾਕੀ ਸਬਜ਼ੀਆਂ 'ਤੇ ਨਹੀਂ ਮਿਲਦੀਗੀ, ਔਰ ਮੰਡੀਕਰਨ ਖਤਮ ਹੁੰਦਾ ਤਾਂ ਕਿੰਨਾ ਨੁਕਸਾਨ ਹੋਏਗਾ? ਇਹ ਤਾਂ ਜੀ ਕਹਿ ਰਹੇ ਆ, ਉਹ ਖਰੀਦਦੇ ਤਾਂ ਚੱਜ ਨਾਲ ਕਣਕ ਝੋਨਾ ਨਹੀਂ ਜੀ, ਇਹ ਆਉਂਦੇ ਵੀ ਸਾਰਾ ਰੱਖੂਗਾ, ਇਹ ਤਾਂ ਇਹ ਕਿਵੇਂ ਰੱਖਣਗੇ? ਮੈਂ ਤਾਂ ਸਮਝੋ ਜ਼ਿਮੀਂਦਾਰ ਹੀ ਕਹਿ ਰਿਹਾ ਵੀ ਸਾਨੂੰ ਇਹ ਚੀਜ਼ ਦਾ ਫਾਇਦਾ ਨਹੀਂ, ਅਤੇ ਕਿਉਂ ਨਾ ਦੇਣ ਫਾਇਦਾ ਇਹਨਾਂ ਨੂੰ? ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ, ਮੈਂ ਹਾਂ ਮਨਦੀਪ ਕੌਰ ਸੰਧੂ। ਡੇਲੀ ਪੋਸਟ ਪੰਜਾਬੀ 'ਤੇ ਲਗਾਤਾਰ ਹੀ ਅਸੀਂ ਤੁਹਾਨੂੰ ਸਫਲ ਕਿਸਾਨਾਂ ਦੇ ਨਾਲ ਮਿਲਵਾ ਰਹੇ ਹਾਂ, ਜੋ ਰਵਾਇਤੀ ਫਸਲਾਂ ਤੋਂ ਹਟ ਕੇ ਜਿਹੜੀ ਹੈ ਨਵੇਂ ਨਵੇਂ ਤਜ਼ਰਬੇ ਕਰ ਰਹੇ ਨੇ ਔਰ ਨਵੀਂ ਨਵੀਂ ਖੇਤੀ ਕਰ ਰਹੇ ਨੇ। ਬਿਲਕੁਲ ਜੀ, ਅੱਜ ਅਸੀਂ ਪਹੁੰਚੇ ਹੋਏ ਹਾਂ ਮੋਗਾ ਦੇ ਪਿੰਡ ਜੈ ਸਿੰਘ ਵਾਲਾ ਵਿਖੇ। ਇੱਥੇ ਕਿਸਾਨ ਜਗਮੋਹਨ ਸਿੰਘ, ਜੋ ਕਿ ਵੱਖ ਵੱਖ ਪ੍ਰਕਾਰ ਦੀ ਖੇਤੀ ਕਰਦੇ ਨੇ, 85 ਏਕੜ ਦੀ ਜ਼ਮੀਨ ਦੇ ਵਿੱਚ ਜਿਹੜੀ ਹੈ ਆਲੂਆਂ ਦੀ ਖੇਤੀ, ਮਤੀਰੇ, ਖਰਬੂਜੇ ਦੀ ਖੇਤੀ, ਸਟ੍ਰੋਬੇਰੀ ਦੀ ਖੇਤੀ, ਬਦਾਮ ਦੀ ਜਿਹੜੇ ਟ੍ਰਾਇਲ ਵੀ ਇੱਥੇ ਲੈ ਜਾ ਰਹੇ ਨੇ। ਸੋ ਵੱਖ ਵੱਖ ਜਿਹੜੀ ਹੈ ਇੱਥੇ ਮੂੰਗੀ ਦੀ ਦਾਲ ਦੀ ਖੇਤੀ ਵੀ ਜਿਹੜੀ ਹੋ ਰਹੀ ਹੈ। ਸੋ ਇਹਨਾਂ ਦਾ ਇੱਕ ਸਫਲ ਕਿਸਾਨ ਜਿਹੜੇ ਬਣਦੇ ਨੇ, ਕਿਸ ਤਰ੍ਹਾਂ ਬਣਦੇ ਨੇ, ਗੱਲਬਾਤ ਕਰਾਂਗੇ ਔਰ ਕਿਸ ਤਰ੍ਹਾਂ ਰਵਾਇਤੀ ਫਸਲਾਂ ਤੋਂ ਹਟ ਕੇ ਇਹਨਾਂ ਫਸਲਾਂ ਵਿੱਚ ਮੁਨਾਫਾ ਕਮਾ ਰਹੇ ਨੇ ਅਤੇ ਔਰ ਲੱਖਾਂਪਤੀ ਅੱਜ ਕੱਲ੍ਹ ਬਣੇ ਹੋਏ ਨੇ। ਅਤੇ ਆਓ ਅਸੀਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਹਾਂ ਕਿ ਕਿਸ ਤਰ੍ਹਾਂ ਜਿਹੜੀ ਇਸ ਖੇਤੀ ਕੀਤੀ ਜਾ ਰਹੀ ਹੈ ਔਰ ਕਿੰਨੇ ਕੰਮ ਇੱਥੇ ਕੰਮ ਕਰਦੇ ਨੇ ਔਰ ਜਗਮੋਹਨ ਸਿੰਘ ਹੋਣੀ ਕੱਲ੍ਹ ਤੋਂ ਇਹ ਖੇਤੀ ਕਰਦੇ ਹੋਏ ਆ ਰਹੇ ਨੇ। ਆਓ ਪਹਿਲਾਂ ਤਸਵੀਰਾਂ ਤੁਹਾਨੂੰ ਇਹ ਦਿਖਾ ਦਿੰਦੇ ਹਾਂ।
185 एकड़ जमीन के मालक जगमोहन सिंह होनी साढ़े नाल ने अस उन्हों के फार्म हाउस खड़े हुए हैं तो गलबात उन्होंने कर सब तो पहला स्वागत कर लें। सत श्रीकाल जी। सत श्रीकाल जी। हाल चाल ठीक ठाक हो जी? सो एक सफल किसान होना बहुत वड्डी गल हुंदी है क्योंकि बहुत सारे किसान ने अजकल असं देख रहे हैं कि रवायती फसलों के वल ही गुजे हुए ने तो उन्होंने रुझे हुए ने पर तुसीं एक सफल किसान सब तो पहला किदां कोई बन सकता है? देखो जी साडे फादर साहब पहलां तो ही आलूआं दा कम करदे जी, मेरी सुर तो पहलां दे सी आलू लाउणे आ जी ते उहदे करके फिर विरासत च सानूं तां जिहड़ा आलूआं दा लाउण दा हैगा रुझान जिहड़ा होगा जिवें फादर साहब लाउंदे सी उहनां नूं वेख वेख के असीं उधर दे पासे नूं स्टार्ट होए जी। मैं सवाल इह कीता कि इक सफल किसान दा होणा किस तरह बन सकदा कि कोई सफल किसान किस तरह बन सकदा है? वो तो मेहनत नाल ही बन सकता जी, जो मेहनत करांगे तो सफलता फिर ही मिलनी है, जो घर बैठे रहांगे फिर तो कोई सफलता नहीं मिल सकती जी। जी जी आम तौर पर असं देखते हैं कि बहुत सारे किसान ने रवायती फसलों के ही गुजे रहते हैं पर हुण जिहड़ा समा आ गया बहुत सारे किसान ने कोई मशरूम की खेती कर रहा है, कोई स्ट्रॉबेरी दे विच कर रहा है पर तुसीं कि खेती होर की नवा कुछ ट्रायल भी किया? वैसे तुसीं मूंगी और खरबूजे और मतीरे की खेती कर ही रहे हो, शुरू तो आलू की खेती कर रहे हो, कुछ नवा भी सोचा? नवा जिहड़ा खरबूजा ही ला रहे हैं जी, ये नवी है जी वरायटी, ये बाहरला सीड है जी, ये अगे तो खरबूजा अपने जलंधर साइड जिहड़ा हुंदा वह आम नॉर्मल खरबूजा हुंदा है, ये ताइवान बाहरली कंपनी का हैगा खरबूजा, मिठा बहुत है जी। बाकी ये भी जिहड़ा फसली रवायती का यह है जिहड़ा कारण कई कारण है जी, जिहड़ा लोग झोने कणक च पए आ उहदे विच इह आ जी उहनां दा जिहड़ा उहदा सरकारी रेट बन्निआ करके लोगों को यह हुंदा वी चलो जे 20 क्विंटल होना 30 क्विंटल होना वी इहदा जिहड़ा पेमेंट तो उहदी उन्नी आ जाणी है जी, पर इह जिहड़ियां आपां चीज़ां लाउणे इह मंडीकरण का करके लोग थोड़ा जिहा चीज़ तो झिझकदे आ, पर यह है भी जिवें वरायटी खरबूजे की आपां ला रहे हैं ये तो बहुत वधिया वरायटी है जी, इहदा डिमांड बहुत ज़्यादा, मैं तो सारे किसानों को कहना भी ये लाना चाहिए जी। और सब तो पहला शुरुआत से खरबूजे तो करांगे, सो असी देख रहे हैं कि खरबूजे की खेती है किन्ने एकड़ तुसी कीती है पहला तो सवाल? असी 25 एकड़ च खरबूजा लाया जी, 3 एकड़ इहदे च मतीरा लाया जी, 10 किले अजे होर इहदे विच अपना खरबूजे की नर्सरी तैयार करी जाने अजे होर लाउणा जी। जेकर असीं खरबूजे की गल कर लैने तो खरबूजे तो एक एकड़ विच तुसीं वट्टां बनाईआं होईआं ने, पहली गल तो इहनूं इहनूं बोलदे की है क्योंकि वट्ट तां बहुत छोटी हुंदी है तो इहनूं एक जिहड़े बैड तैयार कीते हुए तो यह किन्ने बैड हुंदे ने पूरे एकड़ दे विच? एक एकड़ च 35 बैड हुंदे आ जी, बूटे तो बूटे की जिहड़ी दूरी है इह 1.5 तो 2 फुट ते ला सकदे आ, आपां 1.5 फुट भी ला सकदे 2 फुट ते भी ला सकदे आ बूटा इहदा, ते 35 बैड आ। बैड दे उप्पर जिहड़ी मशीन बनाई है स्पैशल इहदी, इह मल्चिंग शीट भी इहदे उत्ते ਵਿਛਾਉਂਦੀ ਆ ਤੇ ਇਹਦੇ ਉੱਪਰ ਇਹ ਸਰਾਖ ਵੀ ਕਰਦੀ ਹੈ, ਫਿਰ ਇਹ ਨਰਸਰੀ ਅਸੀਂ ਇਹਦੀ ਤਿਆਰ ਕਰਦੇ ਪਹਿਲਾਂ, ਜਾਣੀ ਅਸੀਂ ਇਹਨੂੰ 1.5 ਮਹੀਨੇ ਦੀ ਨਰਸਰੀ ਪਹਿਲਾਂ ਤਿਆਰ ਕਰਕੇ ਬੂਟਾ ਤਿਆਰ ਕਰਕੇ ਫਿਰ ਇਹਦੇ ਵਿੱਚ ਆਲੂ ਪੱਟ ਕੇ ਉਦੋਂ ਬਾਅਦ ਇਹ ਨਰਸਰੀ ਟ੍ਰਾਂਸਪਲਾਂਟ ਕੀਤੀ ਹੈ ਜੀ। ਜਦੋਂ ਤੁਸੀਂ ਨਰਸਰੀ ਲਗਾਉਂਦੇ ਹੋ ਤੇ ਇਹ ਫਿਰ ਸੁਰਾਖ ਪਹਿਲਾਂ ਕੀਤੇ ਹੁੰਦੇ ਜਾਂ ਆਪਣੇ ਆਪ ਬੂਟਾ ਪੁੰਗੜਦਾ ਤੇ ਆਪਣੇ ਆਪ ਸੁਰਾਖ ਹੋ ਜਾਂਦਾ? ਨਹੀਂ ਜੀ, ਇਹਨਾਂ ਮਸ਼ੀਨ ਹੀ ਉਸ ਹਿਸਾਬ ਨਾਲ ਬਣੀ ਹੈ, ਉਹਦੇ ਉੱਤੇ ਉਹ ਮਾਰਕਰ ਲਾਉਂਦੀ ਜਾਂਦੀ ਹੈ ਤੇ ਉਹ 'ਚ ਮੋਰੀਆਂ ਕਰਦੀ ਜਾਂਦੀ ਹੈ ਜੀ, ਉਹ ਮੋਰੀਆਂ ਵੀ ਕਰਦੀ ਜਾਂਦੀ ਹੈ ਤੇ ਮਲਚਿੰਗ ਸ਼ੀਟ ਵੀ ਪਾਉਂਦੀ ਹੈ ਤੇ ਬੈੱਡ ਵੀ ਬਣਾਉਂਦੀ ਹੈ ਉਹ ਜੀ, ਉਹ ਨਾਲ ਹੀ ਸਾਰਾ ਕੁਝ ਕਰਦੀ ਹੈ, ਉਸ ਤੋਂ ਬਾਅਦ ਫਿਰ ਲੇਬਰ ਨਾਲ ਅਸੀਂ ਨਰਸਰੀ ਲਿਆ ਕੇ ਇਹਦੇ ਵਿੱਚ ਬੂਟਾ ਵਿੱਚ ਲਾਉਂਦੇ ਹਾਂ ਜੀ ਇਹਦੇ। ਸੋ ਇਹਨੂੰ ਪਾਣੀ ਦੀ ਕਿੰਨੀ ਕੁ ਲੋੜ ਹੁੰਦੀ ਹੈ? ਪਾਣੀ ਤਾਂ ਜਿਵੇਂ ਹੁਣ ਇਹ ਲਾਇਆ ਹੈ, ਹੁਣ ਤਾਂ ਇਹਨੂੰ 10 ਦਿਨ ਦੇ ਬਾਅਦ ਵਿੱਚ ਪਾਣੀ ਲਾਉਣਾ ਜੀ, ਜਿਵੇਂ ਜਿਵੇਂ ਅਗਾਂਹ ਗਰਮੀ ਵੱਧਦੀ ਜਾਂਦੀ ਹੈ ਫਿਰ 3-4 ਦਿਨ ਪਾਣੀ ਇਹਨੂੰ ਲਾਉਣਾ ਜ਼ਰੂਰੀ ਹੋ ਜਾਂਦਾ ਜੀ ਇਹਦੇ ਜੀ। ਹਰ ਮਤਲਬ ਹਫ਼ਤੇ ਦੇ ਵਿੱਚ ਇੱਕ ਹਫ਼ਤੇ ਦੇ ਵਿੱਚ ਪਾਣੀ ਲਾਉਣਾ ਜ਼ਰੂਰੀ ਹੈ ਜੀ। ਝੋਨੇ ਨਾਲੋਂ ਘੱਟ ਸੁੱਕਦਾ ਨਹੀਂ ਪਾਣੀ ਤਾਂ ਬਹੁਤ ਘੱਟ, ਝੋਨੇ ਤਾਂ ਪਾਣੀ ਆਪਾਂ ਨੂੰ ਖੜਾਉਣਾ ਹੀ ਪੈਂਦਾ ਇਹਦੇ ਨਾਲ, ਇਹਦੇ ਵਿੱਚ ਝੋਨੇ ਦਾ ਤਾਂ ਹੋਰ ਸਿਸਟਮ ਹੈ ਜੀ, ਇਹਦਾ ਹੋਰ ਸਿਸਟਮ ਹੈ ਜੀ। ਸੋ ਜਦੋਂ ਇਹ ਹੌਲੀ ਹੌਲੀ ਬੂਟਾ ਬਣਨਾ ਸ਼ੁਰੂ ਹੁੰਦਾ ਖਰਬੂਜਾ ਫਲ ਕਦੋਂ ਦੇਣ ਲੱਗ ਜਾਂਦਾ ਇਹ ਲਾਈਕ? ਕਲਾ ਇਹਦਾ ਦੇਖੋ ਤੁਸੀਂ ਇਹਦੇ ਨਰਸਰੀ ਇਹਦੇ ਨਾਲੋਂ ਫੁੱਲ ਲੱਗਣੇ ਸ਼ੁਰੂ ਹੋ ਗਏ ਜੀ, ਆ ਪੀਲੇ ਪੀਲੇ ਫੁੱਲ ਆ ਹੁਣ ਇੱਥੇ ਫੁੱਲ ਝੜ ਕੇ ਇਹਦੇ 'ਤੇ ਖਰਬੂਜਾ ਦਾ ਇੱਥੇ ਖਰਬੂਜਾ ਲੱਗਣਾ ਸਟਾਰਟ ਹੋ ਜਾਣਾ ਜੀ ਹੁਣ, ਔਰ 1 ਮਹੀਨੇ ਤੱਕ ਇਹਨੂੰ ਫਰੂਟ ਆਮ ਇਹਦੇ 'ਚ ਦਿਸਣ ਲੱਗ ਜਾਣਾ ਜੀ। ਹਾਂ, ਸੋ ਜਦੋਂ ਫੁੱਲ ਬਣਨੇ ਸ਼ੁਰੂ ਹੋ ਜਾਂਦੇ, ਤਸਵੀਰਾਂ ਤੁਸੀਂ ਨਾਲ ਨਾਲ ਦੇਖ ਸਕਦੇ ਕਿ ਫੁੱਲ ਬਣਨੇ ਇਹਨਾਂ ਦੇ ਪੌਦਿਆਂ 'ਤੇ ਸ਼ੁਰੂ ਹੋ ਚੁੱਕੇ ਨੇ, ਸੋ ਫਿਰ ਉਸ ਤੋਂ ਬਾਅਦ ਇਹ ਖਰਬੂਜਾ ਇਹ ਹੁਣ ਜਿਸ ਤਰ੍ਹਾਂ ਇਹ ਮੌਸਮ ਦੇ ਹਿਸਾਬ ਨਾਲ ਵੀ ਕਿੰਨਾ ਕੁ ਜੇਕਰ ਬਾਰਿਸ਼ ਪੈਂਦੀ ਹੈ ਤਾਂ ਕਿੰਨਾ ਇਫੈਕਟ ਹੈ, ਜੇ ਧੁੱਪ ਬਹੁਤ ਤੇਜ਼ ਹੈ ਤਾਂ ਕਿੰਨਾ ਇਫੈਕਟ ਹੈ? ਦੇਖੋ ਧੁੱਪ ਨਾਲ ਇਹਨੂੰ ਕੋਈ ਇਫੈਕਟ ਨਹੀਂ ਗਾ, ਬਾਰਿਸ਼ ਨਾਲ ਇਹਨੂੰ ਪ੍ਰੋਬਲਮ ਆਉਂਦੀ ਆ, ਪਰ ਇਹਦੇ ਬਾਰਿਸ਼ ਨਾਲ ਇਹਨੂੰ ਇੰਨੀ ਜ਼ਿਆਦਾ ਪ੍ਰੋਬਲਮ ਨਹੀਂ ਆਉਂਦੀ ਕਿਉਂਕਿ ਇਹ ਤਾਂ ਜਿਹੜੀ ਮਲਚਿੰਗ ਸ਼ੀਟ ਆ ਨਾ ਜੀ, ਇਹ ਪਾਣੀ ਹੈ ਜਿਹੜਾ ਇਹ ਪਾਣੀ ਇਹਦੇ ਵਿੱਚ ਨਹੀਂ ਜਾਣ ਦਿੰਦੀ, ਇਹ ਮਲਚਿੰਗ ਸ਼ੀਟ ਪਾਣੀ ਪਾਸੇ ਨੂੰ ਇਹ ਤੋਂ ਢਾਲ ਦਿੰਦੀ ਕਰਕੇ
ਵੀ ਇਹਦਾ ਪਾਣੀ ਦਾ ਕੋਈ ਜ਼ਿਆਦਾ ਹੈ ਤੇ ਨੁਕਸਾਨ ਨਹੀਂ ਹੁੰਦਾ ਜੀ। ਇਹ ਪਾਣੀ ਤੋਂ ਬਚਾਉਣ ਲਈ ਲਗਾਈ ਜਾਂਦੀ ਹੈ? ਪਾਣੀ ਤੋਂ ਬਚਾਉਣ ਲਈ ਆ, ਬਾਕੀ ਇਹਦੇ ਤੇ ਆ ਵੀ ਇਹ 'ਚ ਨਦੀਨ ਨਹੀਂ ਹੁੰਦਾ। ਇੱਕ ਜਿਹੜਾ ਇਹਨੂੰ ਆਪਾਂ ਪਾਣੀ ਲਾਉਣਾ, ਜਿਹੜਾ ਮੁਕਚਰ ਹਵਾ ਇਹਦੀ ਹੈਗਾ ਪਾਣੀ ਦਾ, ਉਹ ਇਹਦਾ ਇੱਕ ਸਾਰ ਬਣਾ ਕੇ ਰੱਖਦਾ। ਜਿਹੜੀ ਇਹਦੀ ਗਰੋਥ ਆ ਵੱਲ ਦੀ ਬਹੁਤ ਸਰ ਵਧੀਆ ਹੁੰਦੀ ਹੈ। ਨੰਬਰ ਦੋ 'ਤੇ ਜਿਹੜਾ ਇਹਨੂੰ ਫਰੂਟ ਲੱਗਣਾ ਹੈ ਉਹ ਇਹਦੇ ਉੱਪਰ ਉੱਪਰ ਹੀ ਰਹਿਣਾ। ਫਰੂਟ ਮਿੱਟੀ ਨਾਲ ਲੱਗ ਕੇ ਉਹ ਖਰਾਬ ਨਹੀਂ ਹੁੰਦਾ, ਫਰੂਟ ਬਿਲਕੁਲ ਇਹਦੇ ਸੀਟ ਦੇ ਉੱਪਰ ਹੀ ਰਹਿਣਾ ਜੀ। ਖਰਬੂਜੇ ਔਰ ਮਤੀਰੇ ਵਿੱਚ ਵੀ ਫਰਕ ਬੀਜਣ ਦੇ ਵਿੱਚ ਵੀ ਜਾਂ ਸੇਮ ਹੁੰਦਾ ਇਹਦਾ ਵੀ ਕਨਸੈਪਟ? ਨਹੀਂ ਸੇਮ ਹੈ ਜੀ, ਖਰਬੂਜਾ ਵੀ ਉਵੇਂ ਲਾਈਦਾ ਤੇ ਮਤੀਰਾ ਵੀ ਉਵੇਂ ਲਾਇਆ ਜੀ। ਇਹ ਪਨੀਰੀ ਹੁੰਦੀ ਕਿ ਬੀਜ ਹੁੰਦਾ ਇਹਦਾ? ਇਹਦਾ ਸੀਡ ਆਉਂਦਾ ਜੀ, ਫਿਰ ਉਹ ਨਰਸਰੀ ਅਸੀਂ ਤਿਆਰ ਕੀਤੀ ਆ, ਉਹ ਵੀ ਤੀਜੀ ਫਸਲ ਲੈਣ ਕਰਕੇ ਜਿਵੇਂ ਆਲੂ ਲਾਏ ਆ ਜੀ, ਤੇ 12ਵੇਂ ਮਹੀਨੇ ਦੇ ਵਿੱਚ ਅਸੀਂ ਜਿਹੜੀ ਨਰਸਰੀ ਆ ਉਹ ਤਿਆਰ ਕਰਦੇ ਹਾਂ, ਟਰੇ ਦੇ ਵਿੱਚ ਕੋਕੋਪੈਟ 'ਚ ਤਿਆਰ ਕਰਦੇ ਹਾਂ, ਅਤੇ ਉਦੋਂ ਬਾਅਦ ਫਿਰ ਅਸੀਂ ਪਹਿਲੇ ਮਹੀਨੇ 'ਚ ਆਲੂ ਪੱਟ ਕੇ ਅਤੇ ਫਰਵਰੀ ਦੇ ਪਹਿਲੇ ਹਫ਼ਤੇ ਜਿਹੜੀ ਉਹ ਨਰਸਰੀ ਤਿਆਰ ਹੋ ਜਾਂਦੀ ਹੈ ਉਹ ਅਸੀਂ ਇਹਦੇ ਵਿੱਚ ਟ੍ਰਾਂਸਪਲਾਂਟ ਕਰ ਦਿੰਦੇ ਹਾਂ। ਖਰਬੂਜੇ ਦੀ ਜਿਹੜੀ ਤੁਸੀਂ ਖੇਤੀ ਕਰ ਰਹੇ ਹੋ, ਇਹ ਕਿੰਨੇ ਏਕੜ ਦੇ ਵਿੱਚ ਤੁਹਾਡੀ ਇਹ ਵਾਲੀ ਖੇਤੀ ਹੋ ਰਹੀ ਹੈ? 25 ਏਕੜ ਦੇ ਵਿੱਚ ਖਰਬੂਜਾ ਲਾ ਰਹੇ ਹਾਂ ਜੀ, 3 ਏਕੜ ਦੇ ਵਿੱਚ ਮਤੀਰਾ ਲਾ ਰਹੇ ਹਾਂ। 25 ਏਕੜ 'ਚ ਜਦੋਂ ਤੁਸੀਂ ਖਰਬੂਜੇ ਦੇ ਤਿਆਰ ਕੀਤੀ ਹੈ ਪਨੀਰੀ, ਤਾਂ ਇਹਦੇ 'ਤੇ ਕਿੰਨਾ ਖਰਚਾ, ਸ਼ੁਰੂਆਤੀ ਖਰਚਾ ਕਿੰਨਾ ਹੁੰਦਾ ਹੈ? ਦੇਖੋ ਜੀ, ਟੋਟਲ ਖਰਚਾ ਜਿਹੜਾ ਹੁਣ ਉਵੇਂ ਤਾਂ ਲਿਖਿਆ ਨਹੀਂ, ਜਿਹੜਾ ਟੋਟਲ ਖਰਚਾ ਹੈਗਾ ਐਂਡ ਤੱਕ ਇਹ 70 ਤੋਂ 80 ਹਜ਼ਾਰ ਰੁਪਈਆ 1 ਏਕੜ ਦਾ ਖਰਚਾ ਜੀ ਇਹਦਾ, ਜਿਹੜਾ ਜਾਣੀ ਟਰਾਂਸਪੋਰਟ ਦਾ ਵਿੱਚ ਪਾ ਕੇ ਇਹਦੇ ਮੰਡੀ ਤੱਕ ਲਿਜਾਉਣ ਦਾ ਜੀ। ਅਤੇ ਜਦੋਂ ਮੁਨਾਫੇ ਦੀ ਗੱਲ ਅਸੀਂ ਹੁਣ ਕਰ ਲੈਂਦੇ ਹਾਂ, ਤਾਂ ਇੱਕ ਕਿੱਲੇ ਦੇ ਵਿੱਚੋਂ ਤੁਹਾਨੂੰ ਕਿੰਨਾ ਕੁ ਮੁਨਾਫਾ ਹੋ ਜਾਂਦਾ ਹੈ? ਮੁਨਾਫੇ ਦਾ ਤਾਂ ਇਹ ਹੈ ਜੀ, ਇਹ 20 ਰੁਪਏ ਤੋਂ ਲੈ ਕੇ 25-30 ਰੁਪਏ ਤੱਕ ਇਹ ਵਿਕਦਾ ਜੀ, ਅਤੇ ਬਾਕੀ ਇਹ ਮੰਡੀ ਦਾ ਕੋਈ ਪਤਾ ਨਹੀਂ, ਇਹਦਾ ਕੋਈ ਪੱਕਾ ਤਾਂ ਰੇਟ ਹੈ ਨਹੀਂ। ਜਿਵੇਂ ਪਿਛਲੇ ਸਾਲ ਲੋਕਡਾਊਨ ਦੇ ਵਿੱਚ ਆ ਕੇ ਨੁਕਸਾਨ ਬਹੁਤ ਹੋ ਗਿਆ ਸੀਗਾ, ਇੱਕ ਇਹ ਹੈ ਵੀ ਇਹ 20 ਤੋਂ 30 ਰੁਪਏ ਦੇ ਵਿੱਚ ਤੱਕ ਇਹ ਪਹਿਲਾਂ ਸਟਾਰਟ ਹੁੰਦਾ ਜੀ। ਇਹਦਾ ਲੋਕਡਾਊਨ ਦੀ ਤੁਸੀਂ ਗੱਲ ਕੀਤੀ, ਉਸ ਦੌਰਾਨ ਵੀ ਆਹੀ ਸਮਾਂ ਚੱਲ ਰਿਹਾ ਸੀਗਾ, ਅਤੇ ਫਿਰ ਇਹ ਜਿਹੜੀ ਖੇਤੀ ਜਿਹੜੀ ਤੁਹਾਡਾ ਫਲ ਹੈ ਖਰਾਬ ਹੋਇਆ ਸੀ ਜਾਂ ਫਿਰ ਵਿਕਿਆ ਨਹੀਂ, ਘਾਟਾ ਪਿਆ ਹੋਣਾ ਆ? ਨਹੀਂ, ਉਹ ਮੰਡੀਆਂ ਬੰਦ ਹੋਣ ਕਰਕੇ ਮੰਡੀਕਰਨ ਨਹੀਂ ਹੋਇਆ, ਉਹਦਾ ਕਰਕੇ ਨੁਕਸਾਨ ਹੋਇਆ ਜੀ, ਉਹਦੇ ਵਿੱਚ ਉਹਦਾ ਰੇਟ ਨਹੀਂ ਮਿਲਿਆ ਮੰਡੀ ਦੇ ਵਿੱਚ ਉਹਨਾਂ ਪੂਰਾ। ਹਾਂਜੀ, ਅਤੇ ਇੱਕ ਪੌਦੇ ਦੀ ਅਸੀਂ ਗੱਲ ਕਰਦੇ, ਤਾਂ ਇੱਕ ਪੌਦਾ ਕਿੰਨੇ ਖਰਬੂਜੇ ਦੇ ਦਿੰਦਾ ਹੈ? ਇਹ 4 ਤੋਂ 5 ਖਰਬੂਜਿਆਂ ਦਾ ਜਿਹੜਾ ਇਹਨੂੰ ਲੱਗਦਾ ਜੀ, 5 ਇੱਕ ਸੀਡ ਇਹਨੂੰ ਲੱਗਦੇ ਆ, ਤਿਆਰ ਹੁੰਦਾ ਖਰਬੂਜਾ, ਅਤੇ ਉਹ ਤਕਰੀਬਨ ਮੰਨ ਕੇ ਚਲੋ 700-800 ਗ੍ਰਾਮ ਦਾ ਇੱਕ ਖਰਬੂਜਾ ਹੁੰਦਾ, ਕਿਲੋ ਦਾ ਵੀ ਹੋ ਜਾਂਦਾ ਜਾਣੀ ਇਹਦਾ ਹੈਗਾ ਜੀ। ਅਤੇ ਮਤੀਰਾ? ਮਤੀਰਾ 5-6 ਮਤੀਰਾ ਲੱਗਦਾ, ਪਰ ਉਹਦਾ ਮਤੀਰੇ ਦਾ ਸਾਈਜ਼ 3-4-5 ਕਿਲੋ ਤੱਕ ਜਾ ਵੜਦਾ ਜੀ, ਉਹ ਵੱਡਾ ਹੁੰਦਾ ਜੀ। ਅਤੇ ਰੇਹ ਸਪਰੇਅ ਦੀ ਗੱਲ ਕਰ ਲੈਂਦੇ ਹਾਂ, ਤਾਂ ਉਹ ਕਿੰਨੀ ਕੁ ਜਿਹੜੀ ਇਹਨੂੰ ਪੈਂਦੀ ਹੈ? ਨਹੀਂ ਜੀ, ਇਹ ਤਾਂ ਸਪਰੇਅ ਰੇਹ ਕੋਈ ਨਹੀਂ ਪਾਈ ਜੀ, ਇਹ ਜਿਹੜੀ ਪਹਿਲਾਂ ਆਲੂਆਂ 'ਚ ਜਿਹੜੀ ਖਾਦ ਪਾਤੀ ਉਹੀ ਪਾਈ ਆ, ਹੁਣ ਇਹਦੇ ਵਿੱਚ ਕੋਈ ਰੇਹ ਨਹੀਂ ਇਹਦੇ ਵਿੱਚ। ਅਤੇ ਜਿਹੜੀ ਸਪਰੇਅ ਇਹਨੂੰ ਫੰਗਸ ਦੀ ਸ਼ਿਕਾਇਤ ਜ਼ਿਆਦਾ ਆਉਂਦੀ ਆ, ਫੰਗਸ ਜੋ ਸਪਰੇਅ ਅਸੀਂ ਇੱਥੇ ਕਰਦੇ ਹਾਂ ਜੀ। ਅਤੇ ਹੁਣ ਅਸੀਂ ਗੱਲ ਕਰ ਲੈਂਦੇ ਹਾਂ ਆਲੂ ਦੀ। ਆਲੂ ਦੀ ਖੇਤੀ ਤੁਸੀਂ ਕਰ ਰਹੇ ਹੋ, ਦੇਖ ਰਹੇ ਕਿ ਗੱਟੇ ਭਰੇ ਜਾ ਰਹੇ ਨੇ ਔਰ ਲਗਾਤਾਰ ਮਸ਼ੀਨਾਂ ਲੱਗੀਆਂ ਹੋਈਆਂ ਨੇ, ਫਿਰ ਆਲੂ ਕਿਹੜਾ ਤੁਸੀਂ ਜਿਹੜਾ ਲਗਾਇਆ ਹੋਇਆ ਹੈ? ਸਾਡੇ ਕੋਲ 2-3 ਵਰਾਇਟੀਆਂ ਜੀ, ਇੱਕ ਤਾਂ LR ਆ ਉਹ ਲਾਲ ਕਲਰ 'ਚ ਆ, ਅਤੇ ਜਿਹੜਾ ਡਾਇਮੰਡ ਆ ਉਹ ਵਾਈਟ ਕਲਰ ਦੇ ਵਿੱਚ ਆ, ਅਤੇ 40 ਕਿੱਲੇ ਸਾਡੇ ਕੋਲ LR ਦੇ ਬੀਜੇ ਸੀਗੇ ਅਤੇ 45 ਕਿੱਲੇ ਡਾਇਮੰਡ ਦੇ ਬੀਜੇ। ਆਮ ਤੌਰ 'ਤੇ ਅਸੀਂ ਦੇਖਦੇ ਹੁੰਦੇ ਹਾਂ ਕਿ ਬਹੁਤ ਸਾਰੇ ਜਿਹੜੇ ਕਿਸਾਨ ਨੇ ਆਲੂ ਦੀ ਖੇਤੀ ਕਰਦੇ ਨੇ ਔਰ ਭਾਅ ਇੱਕਦਮ ਇੰਨੇ ਡਿੱਗ ਪੈਂਦੇ ਨੇ, ਅਤੇ ਅਸੀਂ ਪਿੱਛੇ ਖਬਰਾਂ ਵੀ ਪੜ੍ਹੀਆਂ ਸਨ ਕਿ ਜਿਹੜੇ ਆਲੂ ਦੀ ਖੇਤੀ ਕਰ ਰਹੇ ਉਹ ਸੜਕਾਂ ਦੇ ਉੱਪਰ ਉਹਨਾਂ ਆਲੂ ਸੁੱਟਣੇ ਪਏ ਆਪਣੇ, ਹੈ ਨਾ? ਤਾਂ ਉਹ ਕਦੇ ਉਹ ਸਮਾਂ ਤਾਂ ਨਹੀਂ ਆਇਆ ਕਿ ਤੁਹਾਨੂੰ ਬਹੁਤ ਘਾਟਾ ਪਿਆ ਹੋਵੇ? ਕਈ ਕਿਸਾਨ ਜਿਹੜੇ ਨੇ ਆਲੂ ਤੋਂ ਬਹੁਤ ਭੱਜਦੇ ਨੇ ਕਿ ਅਸੀਂ ਆਲੂ ਦੀ ਖੇਤੀ ਕਰਨੀ, ਪਰ ਅਸੀਂ ਤੁਹਾਡੇ ਕੋਲ ਆਏ ਹਾਂ ਤਾਂ ਕਿਆ ਬਾਤਾਂ ਹੋਈਆਂ ਪਈਆਂ ਨੇ, ਬਹੁਤ ਵੱਡੀ ਜਿਹੜੀ ਗਿਣਤੀ ਦੇ ਵਿੱਚ ਹੈ ਆਲੂ ਦੀ ਖੇਤੀ ਤੁਸੀਂ ਕਰ ਰਹੇ ਹੋ ਜੀ। ਦੇਖੋ ਜੀ, ਇਹਦਾ ਮੰਡੀਕਰਨ ਦਾ ਉੱਥੇ ਆ ਗਿਆ, ਜਿਹੜਾ ਆਪਾਂ ਨੇ ਵੀ ਜਿਵੇਂ ਝੋਨਾ ਜਾਂ ਕਣਕ ਦੇ ਵਿੱਚ ਲੋਕ ਕਿਉਂ ਪਿੱਛੇ ਪੈਂਦੇ ਆ ਜੀ, ਇਸੇ ਕਰਕੇ ਪੈਂਦੇ ਆ ਇਹਦਾ। ਜਿਵੇਂ ਹੁਣ ਪਿਛਲੇ ਸਾਲ ਇਹਦਾ ਵਧੀਆ ਰੇਟ ਸੀਗਾ, ਹੁਣ ਫਿਰ ਇਹਦਾ 300-400 ਰੁਪਈਆ ਰੇਟ ਆ, 400-500 ਰੁਪਈਆ 1 ਏਕੜ, ਦੂਜਾ ਆਪਣਾ ਕਿੱਲੇ ਦਾ ਇਹਦਾ ਆਪਣੇ ਗੱਟੇ ਦਾ ਖਰਚਾ ਹੀ ਆਉਂਦਾ ਜੀ ਇੱਥੇ। ਅਤੇ ਇਹਦਾ ਇਹੀ ਆ ਵੀ ਲੋਕ ਥੋੜ੍ਹਾ ਇਸੇ ਚੀਜ਼ ਤੋਂ ਚਾਲੂ ਆ, ਜਿਹੜਾ ਸਰਕਾਰੀ ਖਰੀਦ ਆ ਜਿਹੜੀ ਚੀਜ਼ ਦੀ, ਉਸ ਪਾਸੇ ਤਾਂ ਹੀ ਲੋਕ ਜਾਂਦੇ ਆ ਵੀ ਚਲੋ ਜੇ ਝੋਨਾ 30 ਕੁਇੰਟਲ ਨਿਕਲਣਾ ਜਾਂ 40 ਕੁਇੰਟਲ ਨਿਕਲਣਾ ਵੀ ਉਹਦਾ ਪੱਕਾ ਰੇਟ ਤਾਂ ਹੈਗਾ, ਅਤੇ ਉਹਦਾ ਕਰਕੇ ਲੋਕ ਤਾਂ ਉਹ ਰਵਾਇਤੀ ਫਸਲਾਂ ਦੇ ਵਿੱਚੋਂ ਨਿਕਲ ਕੇ ਰਾਜੀ ਨਹੀਂ। ਆਲੂ ਦੀ ਖੇਤੀ ਕਰਦਾ ਕਿੰਨਾ ਸਮਾਂ ਹੋ ਗਿਆ? ਇਹ ਤਾਂ ਮੈਨੂੰ ਵਿਰਾਸਤ 'ਚ ਹੀ ਮਿਲਿਆ ਜੀ, ਮੇਰੇ ਫਾਦਰ ਸਾਹਿਬ ਵੀ ਕਰਦੇ ਜੀ ਉਦੋਂ ਪਹਿਲਾਂ ਤੋਂ। ਫਿਰ ਉਤਰਾਅ ਚੜਾਅ ਆਉਂਦੇ ਹੋਣਗੇ ਰੇਟਾਂ ਦੇ ਵਿੱਚ ਵੀ, ਕਿ ਹਮੇਸ਼ਾ ਅੱਗੇ ਨਾਲੋਂ ਅੱਪ ਮਿਲਦਾ ਹੁੰਦਾ? ਨਹੀਂ ਜੀ, ਬਿਲਕੁਲ ਕਈ ਪਿਛਲੇ ਤੋਂ ਪਿਛਲੇ ਸਾਲ ਤਾਂ ਹੀ ਸੱਟੇ ਵੀ ਆ ਜੀ ਆਲੂ, 2-3 ਹਜ਼ਾਰ ਗੱਟਾ ਹੀ ਖਰਾਬ ਹੋ ਗਿਆ, ਕਈ ਆ ਜਾਂਦੀਆਂ ਇਹਦੀਆਂ ਪ੍ਰੋਬਲਮਾਂ, ਪਰ ਇਹ ਪਿਛਲਾ ਸੀਜ਼ਨ ਵਧੀਆ ਲੱਗ ਜਾਂਦਾ ਅਤੇ ਰਲ ਮਿਲ ਕੇ ਚੱਲੀ ਜਾਂਦਾ ਜੀ ਕੰਮ। ਇਹ ਵੀ ਮੌਸਮੀ ਆਲੂ ਹੁੰਦੇ ਨੇ ਜਾਂ ਫਿਰ ਗਰਮੀਆਂ ਦੇ ਸੀਜ਼ਨ ਵਿੱਚ ਹੀ ਸ਼ੁਰੂਆਤੀ ਹੁੰਦੀ ਹੈ? ਨਹੀਂ ਜੀ, ਇਹ ਆਲੂ ਤਾਂ ਜਿਵੇਂ ਆਪਣੇ ਅਕਤੂਬਰ 'ਚ ਲੱਗਣੇ ਅਤੇ ਹੁਣ ਫਰਵਰੀ ਮਾਰਚ ਦੇ ਵਿੱਚ ਇਹਦਾ ਐਂਡ ਆ ਜੀ। ਹਾਂਜੀ, ਹੁਣ ਪੱਟੇ ਜਾਂਦੇ ਆ, ਉਦੋਂ ਬਾਅਦ ਝੋਨਾ ਜਿਵੇਂ ਖਰਬੂਜਾ ਲਾਇਆ ਇਹਦੇ ਵਿੱਚ ਝੋਨਾ ਲੱਗਣਾ, ਜਾਂ ਮੱਕੀ ਬੀਜਣੀ ਆ ਮੱਕੀ ਦੇ ਵਿੱਚ ਵੀ ਝੋਨਾ ਲੱਗਣਾ, ਆਪਾਂ ਮੂੰਗੀ ਬੀਜਦੇ ਹਾਂ 40-50 ਕਿੱਲੇ ਉਹਦੇ ਵਿੱਚ ਵੀ, ਇਦੋਂ ਬਾਅਦ ਆਲੂ ਪੱਟ ਕੇ ਮੂੰਗੀ ਤੋਂ ਬਾਅਦ ਫਿਰ ਝੋਨਾ ਜੀ।
जी बिल्कुल। तो ये जो तुम वेचन जाते हो मंडीकरण होंगे तो मंडीकरण कोई रेट तो फिक्स नहीं होंगे गा तो जिस भा आए जिदा अज तुम वेचन गए हो एक ट्राला थोड़ा विक विकन दे गया तो वह अज मान लो थानू अप मिल रहा भलके फिर वेचन जाते हो तो थानू डाउन मिलता है इदा भी होंगे। बिल्कुल होंगे जी अभी तो जो आलू है तो स्टोर कर रहे हैं जी भी वह मंडी चो उस हिसाब ना ही भेजा जिनी जिनी डिमांड आ उस हिसाब न स्टोर करके उस बाद मंडीकरण उस बाद करा जी जी। तो जो एक खरबूजे की फिर तो गल कर लें खरबूजे की उम्र कितनी क होंगी है? देखो जी इनू तकरीबन चार महीने की फसल है जी ये नर्सरी लाने तक एंड तक चार महीने की फसल है जी। चार महीने बाद फिर इस ही जमीन चो अभी होर खेती भी कर सकते हाँ जी फिर आप बाद फिर झोना लाना जी। बिल्कुल हाँ जी हाँ जी। वैसे आम तौर पर असं देखते हैं कि छे महीने कणक होंगी है छे महीने झोना होंगे है तो ये जी इस समय के सारे किसान जोड़े ने रुझे रेंगे बस यही खेती करते हैं पर तुम ये तीन फसल जड़िया ने लै सकते हो एक जमीन के। बिल्कुल जी वेखो जो झोना ये वरायटियां दो तीन वरायटियां जी जिमें फूसा चताली पानी का भी वह ज़्यादा लेंदा तो टाइम पीरियड है जो भी वह पाँच छे महीने वह है जी जोड़ा अपना ये अही आलू लाने करके वरायटी है जी पी आर 126 है वह सिर्फ 120 देनी लेंदी है जी जोड़ा फूसा झोना वो 160-165 देने लगा जी वो पानी की भी वो खपत ज़्यादा तो वो अपन संभाल भी वो झोने की ज़्यादा करनी पैंती है तो जोड़ा 126 लाने अपन आलू वास्ते तो अपन 126 लाना पैना झोना क्योंकि वह टाइम पीरियड अपन जिन्ना छोटा होगा उन्नी तीजी फसल लैन सौखा रहेगा। हाँ तो हूँ असं गल कर लें मूंगी की खेती की तुम मूंगी की खेती किन्ने समय तू करते आ रहे हो? मूंगी की खेती तो जदों के आलू लाने उस बाद जी तीजी फसल लाने मूंगी लाने जी जदों के आलू लाने उदों के मूंगी की फसल ला रहे हैं। यदि हूँ शुरुआत दसनी है कि उगाना किदा आ कि शुरू कर प्रोसीजर होंगे आ? देखो जी आलू पट ले आप जी आलू पट के ते नाल दी नाल कंप्यूटर कराह ला दें जी कंप्यूटर कराह ला के उन्हों जमीन नू पानी ना भर दें जी जिहड़ा उन्हों आपां रौनी कह सकते हैं रौनी करता जी उस बाद जो वत्त आउंदी आ जी उन्हों जमीन नू चंगी तरह वाह के तैयार करके तो 15-18 किलो मूंगी का बीज एकड़ का पा के आपां उन्हां नू बीज देना जी तो 70-75 दिनों के मूंगी कट्टण वाली हो जाती है जी। सो ये बीज होंगे ने? बिल्कुल जी मूंगी जी दाल अपनी मूंगी की होंगी है जी उही बीजी जा सकती है जी। बिल्कुल जी तो उस तो बाद हूँ एक ट्रायल करना शुरू किया नवी खेती बारे सोच रहे हो कि सोचते हो कि बदम की असं गल कर रहे थे पहला ऑफ द रिकॉर्ड और स्ट्रॉबेरी की खेती तुम स्ट्रॉबेरी दस्वीरों तुम दिखावे असं स्ट्रॉबेरी की पहला गल कर लें स्ट्रॉबेरी का ट्रायल किया? हाँ जी हाँ जी स्ट्रॉबेरी का ट्रायल किया भी अ सोचते हैं भी थोड़ा बदलिया जाए इदो भी आलू का भी नहीं कोई पता कितने सस्ते कितने महंगे जी हूँ मेरा इरादा भी थोड़ा ट्रायल किया इतने देखा ही है जी वह वधिया रिस्पोंस तो वधिया गाँह हूँ मंडीकरण वह वेखांगे गाँह जाके की हुंदा पर अपने जमीन च वधिया हो गया तो ट्रायल वधिया होया जी। जेकर जिहड़ी तुसीं खेती कर रहे हो खरबूजा मतीरा मूंगी और स्ट्रॉबेरी इहदे लई जमीन किहड़ी होनी चाहिए है रेतली होनी चाहिए है दरमियानी होनी चाहिए है चीकनी मिट्टी होनी चाहिए है? नहीं जमीन कोई होवे जी बस उहनूं तैयार करन ते जे तां चीकनी मिट्टी उहनूं थोड़ा जिहा आपां तैयार करन ते प्रॉब्लम आउंदी आ वो हो जाती है कोई नहीं है हुण तां कोई जमीन मैनूं नहीं लगता भी कितने भी अपने पंजाब दे विच कितने भी माड़ी होगी जमीन सारिया जमीन च ही हो जाती है। तो स्ट्रॉबेरी का ट्रायल जिहड़ा सफल हो गया हुण अगे लगता कि असीं खरबूजा जगह ते स्ट्रॉबेरी देखांगे? बिल्कुल जी हुण बस ये हुण मैं मंडी च पता करना भी यदा हुण की रेट चल रहा पहला की रेट सीगा जे कोई मंडी च ना कोई प्रॉब्लम आउंदी होई फिर आपां क्योंकि इहदा खर्चा बहुत ज़्यादा एकड़ का आना ये 8-7 to 8 lakh रुपये एकड़ का किले का खर्चा आना जी इहदा ते सारा वेख के मंडी नूं अपना वेख के की रेट चलता उदों ध्यान च रखदे फिर वेखांगे स्टार्ट तां करांगे जी। हां जी बदाम भी तुसीं शुरू कर रहे हो? बदामां दे बूटे भी एक ही स्टार्ट कीता ला के देखिया जी बदामां भी लाए लीची भी लाई आ औले तां होए वई आ जी अपने सेब दे बूटे भी लाए आ। सो वखरापन एक जो सू देखने मिलेगा तो खेतों में लीची बदम और एप्पल जड़े आ बूटे लगा के ट्रायल कर रहे हैं जेकर सफल होंगे ने तो यह जड़े आ होर सफल किसान बन सकते हैं। जगमोहन जी जेकर गल की जाए सारे जो तुम एक ट्रायल करते हो तो थोड़े की सिखलाई लेनी पैंती है पढ़ाई करनी पैंती है क्या यूनिवर्सिटियाँ जाके पे सीखते हो या थानू अपने आप एक्सपीरियंस हो जाता है कि सब कुछ कि नवापन आता है? नहीं ये तो आप खेतों जी आप ट्रायल करी जाने जी सारा इतों एक्सपीरियंस इतों एक ही ये जो कि नुकसा अगली बार कड़ देते हैं एक्सपीरियंस इतने लो हाथी करी जाने तो बथेरा हो जाता जी इतने। हाँ जी बच्चे भी आते होने खेतों के नाल ही है जी बेटा मेरा नाल ही होंगे जी मेरे। हाँ जी हाँ जी। सो आम तौर पर जो अभी सफल बन जाने तो बहुत सारे ना लोग होंगे पिंड के तो वह कहें कि अच्छा भाई इन्हें खेती की है तो असं भी इन्हें क्यों ना सीखना आईए आंढ़ी गुआढ़ी भी सीखते होने थोड़े को आके? नहीं मेरी तो वैसे ही आदत है जी कोई भी बंदा
ਮੈਨੂੰ ਤਾਂ ਆਪ ਹੈ ਵੀ ਕੋਈ ਮਿਹਨਤ ਕਰੇ ਨਾਲ ਤਾਂ ਉਹ ਵੀ ਅੱਗੇ ਆਉਣ। ਸਾਰਾ ਇਹ ਹੈ ਖਾਣਾ ਹਰੇਕ ਨੇ ਆਪਦੇ ਆਪਦੇ ਕਰਮ ਹੈ ਜੀ, ਅਤੇ ਮਿਹਨਤ ਕਰਨੀ ਚਾਹੀਦੀ ਬੰਦੇ ਨੇ। ਪਰ ਮੈਂ ਤਾਂ ਜਿੰਨੀ ਕੁ ਯੋਗ ਆ ਮੈਂ ਤਾਂ ਆਪਦੇ ਜਿਹੜੇ ਮੇਰੇ ਨਾਲ ਰਹਿੰਦੇ ਉਹਨਾਂ ਦੀ ਮੈਂ ਮਦਦ ਕਰਦਾ ਵੀ ਉਹਨਾਂ ਨੂੰ ਆਖਦਾ ਵੀ ਐਂ ਨਹੀਂ ਐਂ ਕਰੋ, ਉਹ ਵੀ ਕਰਦੇ ਮਿਹਨਤ ਕਰੀ ਜਾਂਦੇ ਨਾਲ ਜੀ। ਹਾਂਜੀ, 85 ਏਕੜ ਨੂੰ ਸੰਭਾਲਣਾ ਬੜਾ ਔਖਾ ਹੈ ਇਕੱਲੇ ਬੰਦੇ ਦਾ। ਕਿੰਨੇ ਕਾਮੇ ਕੰਮ ਕਰ ਰਹੇ ਤੁਹਾਡੇ ਨਾਲ? 60 ਤੋਂ 65 ਬੰਦੇ ਆ ਜੀ ਜਿਹੜੇ ਹੁਣ ਸਾਰੇ ਟੋਟਲ ਕੰਮ ਕਰ ਰਹੇ, ਖਰਬੂਜੇ ਦਾ ਵੀ, ਆਲੂ ਪੱਟਣ ਦਾ, ਆਲੂ ਸਾਂਭਣ ਦਾ, ਅਤੇ ਜਿਹੜੀ ਉਹਦੀ ਆਲੂ ਦੀ ਪੈਕਿੰਗ ਕਰਨੀ ਉਹ ਵੀ ਕਰ ਰਹੇ। 60 ਤੋਂ 65 ਲੇਡੀਜ਼ ਜਿਹੜੀ ਆਲੂ ਪੱਟ ਰਹੇ ਆ, ਸਾਰਾ ਟੋਟਲ 60 ਤੋਂ 65 ਜਾਣੇ ਆ ਜੀ। ਇਹ ਬਹੁਤ ਵੱਡਾ ਉਪਰਾਲਾ ਆ ਐਂਡ ਬਹੁਤ ਤੁਸੀਂ ਖੇਤੀ ਕੀਤੀ ਆ ਔਰ 60 ਬੰਦਿਆਂ ਨੂੰ ਤੁਹਾਡੇ ਖੇਤਾਂ 'ਚ ਰੁਜ਼ਗਾਰ ਮਿਲਿਆ, ਉਹ ਵੀ ਤੁਹਾਨੂੰ ਅਸੀਸਾਂ ਦੁਆਵਾਂ ਦਿੰਦੇ ਨੇ ਕਿ ਅਸੀਂ ਇੱਥੇ ਡੇਲੀ ਕੰਮ ਕਰਨ ਆਉਂਦੇ ਹਾਂ। ਨਹੀਂ ਜੀ, ਉਹ ਤਾਂ ਪਰਮਾਤਮਾ ਦੀ ਮਿਹਰ ਆ ਜੀ, ਸਾਰਿਆਂ ਨੂੰ ਤਾਂ ਕਰਨਾ ਚਾਹੀਦਾ, ਜਿੰਨੇ ਕੁ ਆਪਾਂ ਹੈਗੇ ਜਿੰਨੇ ਯੋਗ ਉਹਨਾਂ ਕਰਨਾ ਚਾਹੀਦਾ, ਹਰੇਕ ਦਾ ਫਾਇਦਾ ਕਰਨਾ ਚਾਹੀਦਾ। ਹਾਂਜੀ, ਉਹਦਾ ਬਾਕੀ ਕੁਦਰਤ ਨੂੰ ਜੋ ਹੈ ਜੀ। ਅਸੀਂ ਦੇਖ ਰਹੇ ਸੀ ਕਿ ਤੁਹਾਡਾ ਆਲੂਆਂ ਦੇ ਵਾਲਾ ਜਿਹੜਾ ਉਹ ਮਸ਼ੀਨ ਖੜੀ ਹੋਈ ਹੈ, ਅਗਰ ਕਿਸੇ ਨੇ ਖਰੀਦਣੀ ਹੋਵੇ ਮਸ਼ੀਨ ਉਹ ਕਿੰਨੇ ਕੁ ਤੱਕ ਦੀ ਖਰੀਦ ਸਕਦਾ ਆ ਜਾਂ ਉਹਨੂੰ ਕਿੰਨਾ ਖਰਚਾ ਆਉਂਦਾ ਆ? ਜੇ ਇਨ ਕੇਸ ਉਹ ਆਪਣੀ ਮਸ਼ੀਨ ਨਹੀਂ ਵੀ ਖਰੀਦ ਸਕਦਾ ਤਾਂ ਉਹਨੇ ਕਿਤੇ ਬਾਹਰੋਂ ਜਿਹੜੀ ਇਹਦੀ ਪੂਰੀ ਸਫਾਈ ਕਰਵਾਉਣੀ ਹੈ ਆਲੂਆਂ ਦੀ ਤਾਂ ਉਹਨੂੰ ਉਹ ਮਹਿੰਗਾ ਪੈਗਾ ਜਾਂ ਆਪਣੇ ਘਰ ਵਿੱਚ ਇੱਕ ਵੀ ਮਸ਼ੀਨ ਲੱਗੀ ਹੋਵੇ ਤਾਂ ਉਹ ਸਸਤੀ ਹੋਏਗੀ? ਦੇਖੋ, ਜਿਹੜਾ ਤਾਂ ਜਿਵੇਂ 30-40 ਕਿੱਲੇ ਆਲੂਆਂ ਦੇ ਲਾਉਂਦਾ ਜੀ, ਉਹਨੂੰ ਤਾਂ ਇਹ ਮਸ਼ੀਨ ਬਣਾਉਣੀ ਚਾਹੀਦੀ ਆ, ਕਿਉਂਕਿ ਇਹਦੇ ਨਾਲ ਜਿਹੜੀ ਗਰੇਡਿੰਗ ਆ ਜਾਂ ਮਿੱਟੀ ਮੁੱਟੀ ਸਫਾਈ ਬਹੁਤ ਵਧੀਆ ਹੁੰਦੀ ਆ, ਆਲੂ ਦੀ ਜਿਹੜੀ ਗਰੇਡਿੰਗ ਆ ਉਹ ਬਹੁਤ ਵਧੀਆ ਹੁੰਦੀ ਆ। ਬਾਕੀ ਜਿਹੜਾ ਉਹਦਾ ਸਹਿਜ ਆਲੂ ਦਾ ਇੱਕ ਪ੍ਰੋਪਰ ਇਕਸਾਰ ਰਹਿੰਦਾ, ਜੋ ਮੰਡੀ 'ਚ ਆਪਾਂ ਆਲੂ ਲੈ ਕੇ ਜਾਂਦੇ ਹਾਂ ਨਾ ਜੀ, ਉਹ 40-50 ਰੁਪਈਏ ਗੱਟੇ ਦਾ, ਜਦੋਂ ਇਹਦੇ ਨਾਲ ਮਸ਼ੀਨ ਨਾਲ ਗਰੇਡਿੰਗ ਕੀਤੀ ਵੀ ਕਰਕੇ ਉਹਦਾ ਰੇਟ ਦਾ ਹੀ ਫਰਕ ਪੈ ਜਾਂਦਾ ਜੀ ਉਹਦਾ। ਇਹ ਤਾਂ ਇਹ ਆ ਵੀ ਜਿਹੜਾ ਬੰਦਾ ਆਲੂਆਂ ਦਾ ਜਿਵੇਂ 40-50 ਏਕੜ ਲਾਉਂਦਾ, ਉਹਨੂੰ ਇਹ ਮਸ਼ੀਨ ਲੈਣੀ ਚਾਹੀਦੀ ਹੈ, ਅਤੇ ਇਹਦਾ ਰੇਟ ਵੀ ਅੱਡੋ ਅੱਡੀ ਆ। ਜੇ ਕਿਸੇ ਨੇ ਕੋਈ ਵੱਡੀ ਲੈਣੀ ਉਹਦਾ ਰੇਟ ਜ਼ਿਆਦਾ, ਜੇ ਛੋਟੀ ਲੈਣੀ ਉਹਦਾ ਕੋਈ ਰੇਟ ਅਲੱਗ ਆ ਜੀ ਉਹਦਾ। ਫਿਰ ਇਹਦੇ ਨਾਲ ਇਹ ਹੁੰਦਾ ਕਿ ਜਿੱਦਾਂ ਅਸੀਂ ਖੇਤੀ ਕਰ ਰਹੇ ਹਾਂ ਤਾਂ ਜੇ ਸਾਡਾ 5 ਲੱਖ ਦਾ ਖਰਚਾ ਆਉਂਦਾ 85 ਏਕੜ ਦੇ ਵਿੱਚ, ਤਾਂ ਇਸ ਤੋਂ ਸਾਨੂੰ ਜਿਹੜਾ ਮੁਨਾਫਾ ਉਹ ਵੀ ਲੱਖਾਂ ਦੇ ਵਿੱਚ ਹੀ ਹੁੰਦਾ ਹੋਏਗਾ? ਦੇਖੋ ਜੀ, ਆਪਾਂ ਫਿਰ ਉੱਥੇ ਗੱਲ ਆ ਗਈ ਆਪਣੀ ਵੀ ਝੋਨੇ ਕਣਕ 'ਚ ਲੋਕ ਇਹਦਾ ਮੁਨਾਫੇ ਤਾਂ ਇਹੀ ਹੈ ਵੀ ਜਿਵੇਂ ਹੁਣ ਆਲੂਆਂ ਦਾ ਕੋਈ ਰੇਟ ਨਹੀਂ ਗਾ ਜੀ, ਹੁਣ ਪਿਛਲੇ ਸਾਲ ਤਾਂ 1000-1500 ਰੁਪਈਏ ਤੱਕ ਵੀ ਇਹ ਕੱਟਾ ਜਾ ਉੜਿਆ, ਹੁਣ ਇਹ 300 ਤੋਂ ਲੈ ਕੇ 500 ਰੁਪਈਏ ਤੱਕ ਹੁਣ ਕੱਟਾ ਵਿਕਦਾ। ਇਹਦਾ ਰੇਟ ਦਾ ਇਨਕਮ ਦਾ ਇਹਦਾ ਖਰਚਾ ਤਾਂ ਜਿੰਨਾ ਹੋਣਾ ਜੀ ਉਨਾ ਹੋਣਾ, 40-50 ਹਜ਼ਾਰ ਰੁਪਈਆ ਕਿੱਲੇ ਦਾ ਖਰਚਾ ਹੋਣਾ ਹੀ ਹੋਣਾ, ਪਰ ਇਹਦੀ ਆਮਦਨ ਦਾ ਨਹੀਂ ਇਹ ਪਤਾ ਵੀ ਆਪਣੀ ਜੇਬ 'ਚ ਪੈਸੇ ਆਉਣੇ ਆ ਕਿ ਨਹੀਂ ਆਉਣੇ, ਤਾਂ ਜਦੋਂ ਆਉਣੇ ਉਦੋਂ ਪਤਾ ਲੱਗਦਾ ਇਹਦੀ ਆਮਦਨ ਕੀ ਹੈ ਜੀ। ਸੋ ਉਹਨਾਂ ਕਿਸਾਨਾਂ ਨੂੰ ਕੀ ਕਹਿਣਾ ਚਾਹੋਗੇ ਜੋ ਹਮੇਸ਼ਾ ਹੀ, ਅੱਜ ਕੱਲ੍ਹ ਤਾਂ ਵੈਸੇ ਅਸੀਂ ਦੇਖ ਰਹੇ ਹਾਂ ਕਿ ਹੁਣ ਥੋੜ੍ਹੀ ਥੋੜ੍ਹੀ ਸੋਚ ਬਦਲਦੀ ਜਾ ਰਹੀ ਹੈ ਕਿਸਾਨਾਂ ਦੀ ਔਰ ਨਵੇਂ ਨਵੇਂ ਜਿਹੜੇ ਆਪਣੇ ਖੇਤਾਂ 'ਚ ਟਰਾਇਲ ਕਰਨੇ ਸ਼ੁਰੂ ਕੀਤੇ, ਜਿਵੇਂ ਤੁਸੀਂ ਹੁਣ ਨਵਾਂ ਇੱਕ ਟਰਾਇਲ ਕਰ ਰਹੇ ਹੋ ਸਟ੍ਰੋਬੇਰੀ ਦਾ, ਬਦਾਮਾਂ ਦਾ, ਐਪਲ ਦਾ ਔਰ ਲੀਚੀ ਦਾ, ਅਤੇ ਜਿਸ ਤਰ੍ਹਾਂ ਕਿਸਾਨ ਇਹ ਝੋਨੇ ਔਰ ਫਸਲ ਤੋਂ ਨਿਕਲ ਕੇ ਆਉਣਗੇ ਕਣਕ ਤੋਂ, ਕੀ ਲੱਗਦਾ ਕਿ ਨਾਲੇ ਪਾਣੀ ਦਾ ਬਚਾਅ ਹੋਏਗਾ ਔਰ ਨਾਲੇ ਕੁਛ ਨਵਾਂ ਹੋਰ ਸਿੱਖਣ ਨੂੰ ਮਿਲੇਗਾ? ਬਿਲਕੁਲ ਜੀ, ਵੇਖੋ ਲੋਕ ਤਾਂ ਇਹ ਕੰਮ ਕਰਨ ਨੂੰ ਤਿਆਰ ਆ, ਪਰ ਸਰਕਾਰਾਂ ਨੂੰ ਵੀ ਥੋੜ੍ਹਾ ਜਿਹਾ ਇਹ ਚੀਜ਼ 'ਤੇ ਧਿਆਨ ਦੇਣਾ ਚਾਹੀਦਾ। ਵੇਖੋ, ਮੰਡੀਕਰਨ ਆ ਜਿਹੜਾ ਉਹ ਸਹੀ ਹੋ ਜੇ, ਲੋਕਾਂ ਨੂੰ ਵੀ ਸਮਾਨ ਆ ਜਿਹੜਾ ਜਿਵੇਂ ਆਲੂ ਆ ਜਾਂ ਕੋਈ ਵੀ ਚੀਜ਼ ਆ ਸਸਤੀ ਵੀ ਮਿਲੇ, ਅਤੇ ਜਿਹੜਾ ਜ਼ਿਮੀਂਦਾਰ ਆ ਉਹਨੂੰ ਵੀ ਰੇਟ ਪੂਰਾ ਮੰਡੀ ਦੇ ਵਿੱਚ ਮਿਲੇ, ਅਤੇ ਨਾਲੇ ਲੋਕਾਂ ਦਾ ਫਾਇਦਾ ਅਤੇ ਨਾਲੇ ਜ਼ਿਮੀਂਦਾਰ ਦਾ ਉਹਦੇ ਵਿੱਚ ਫਾਇਦਾ। ਤੁਸੀਂ ਮੰਡੀਕਰਨ ਦੀ ਗੱਲ ਕੀਤੀ ਹੈ, ਮੰਡੀਕਰਨ ਤਾਂ ਹੁਣ ਮੋਦੀ ਸਰਕਾਰ ਖਤਮ ਕਰਨ ਜਾ ਰਹੀ ਹੈ, ਕਹਿੰਦੇ ਕਿ ਅਸੀਂ ਮੰਡੀਕਰਨ ਰੱਖਣਾ ਹੀ ਨਹੀਂ ਹੈ, ਕਾਰਪੋਰੇਟ ਘਰਾਣਿਆਂ ਦੇ ਹੱਥ ਵਿੱਚ ਆ ਜਾਣਾ, ਕਿਉਂਕਿ ਖੇਤੀ ਕਾਨੂੰਨ ਦਾ ਵਿਰੋਧ ਵੀ ਜਾਰੀ ਹੈ। ਬਿਲਕੁਲ ਜੀ, ਬਹੁਤ ਮਾੜੀ ਗੱਲ ਹੈ ਅਤੇ ਇਹਨੂੰ ਸੋਚਣਾ ਚਾਹੀਦਾ, ਕਿਉਂਕਿ ਜ਼ਿਮੀਂਦਾਰਾਂ ਨੇ ਇਹਦੀ ਸਰਕਾਰ ਬਣਾਈ ਆ ਅਤੇ ਜ਼ਿਮੀਂਦਾਰਾਂ ਨੇ ਇਹਨੂੰ ਥੱਲੇ ਲਾਉਣਾ, ਪਰ ਮੋਦੀ ਸਾਹਿਬ ਨੂੰ ਮੰਨ ਜਾਣਾ ਚਾਹੀਦਾ ਇਸ ਚੀਜ਼ ਦੇ ਵਿੱਚ, ਨਹੀਂ ਅੜੀ ਕਰਨੀ ਚਾਹੀਦੀ, ਅਤੇ ਜ਼ਿਮੀਂਦਾਰਾਂ ਨੇ ਤਾਂ ਸੰਘਰਸ਼ ਕਰੀ ਜਾਂਦੇ, ਉਹ ਤਾਂ ਹਜੇ ਉੱਥੇ ਬੈਠੇ ਜੀ। ਉਹ ਤਾਂ ਆ ਕੇ ਆਏ ਹੋ ਤੁਸੀਂ ਵੀ? ਅਸੀਂ ਹਾਂਜੀ, ਸਾਡਾ ਟਰਾਲਾ ਵੱਡਾ 30 ਫੁੱਟਾ ਟਰਾਲਾ ਜਿਹੜਾ ਖੜਾ ਉੱਥੇ ਹੀ ਰਿਹਾ ਜੀ, ਹੁਣ ਆਇਆ ਆਲੂ ਪੱਟਣੇ ਕਰਕੇ, ਹੁਣ ਆਇਆ ਸਾਡੇ ਪਿੰਡੋਂ 15 ਜਣੇ ਪੱਕੇ ਹੀ ਉੱਥੇ ਰਹੇ ਜੀ, ਹੁਣ ਆਏ 4-5 ਦਿਨਾਂ ਕੇ, 2 ਮਹੀਨਿਆਂ ਬਾਅਦ ਮੁੜ ਕੇ ਆਏ ਆ ਜੀ। ਜਿਸ ਤਰ੍ਹਾਂ ਆਪਾਂ ਹੁਣ ਤੁਸੀਂ ਜਾਣਿਓ ਹੁਣ ਵੀ ਮੰਡੀਕਰਨ 'ਚ ਭਾਅ ਉਤਰਾਅ ਚੜਾਅ ਹੁੰਦੇ ਆ, ਹੈ ਨਾ, ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਇਹ ਗੱਲ ਆਖਦੇ ਨੇ ਕਿ ਅਸੀਂ ਮੰਡੀਕਰਨ ਖਤਮ ਨਹੀਂ ਕਰਾਂਗੇ, ਅਸੀਂ ਸਾਡੀ MSP ਜਿਹੜੀ ਆ ਉਹ ਕਾਨੂੰਨੀ ਬਣਾ ਦੇਵਾਂ। ਕੀ ਲੱਗਦਾ ਕਿ ਸਿਰਫ ਸਾਨੂੰ ਕਣਕ ਔਰ ਝੋਨੇ 'ਤੇ MSP ਮਿਲੇਗੀ ਜਾਂ ਬਾਕੀ ਸਬਜ਼ੀਆਂ 'ਤੇ ਨਹੀਂ ਮਿਲਦੀਗੀ, ਔਰ ਮੰਡੀਕਰਨ ਖਤਮ ਹੁੰਦਾ ਤਾਂ ਕਿੰਨਾ ਨੁਕਸਾਨ ਹੋਏਗਾ? ਇਹ ਤਾਂ ਜੀ ਕਹਿ ਰਹੇ ਆ ਉਹ, ਖਰੀਦਦੇ ਤਾਂ ਚੱਜਣਾ 'ਚ ਕਣਕ ਝੋਨਾ ਨਹੀਂ ਜੀ, ਇਹ ਆਉਂਦੇ ਵੀ ਸਾਰਾ ਰੱਖੂਗਾ, ਇਹ ਤਾਂ ਇਹ ਕਿਵੇਂ ਰੱਖਣਗੇ? ਮੈਂ ਤਾਂ ਸਮਝੋ ਜ਼ਿਮੀਂਦਾਰ ਹੀ ਕਹਿ ਰਿਹਾ ਵੀ ਸਾਨੂੰ ਇਹ ਚੀਜ਼ ਦਾ ਫਾਇਦਾ ਹੀ ਨਹੀਂ, ਅਤੇ ਕਿਉਂ ਨਾ ਦੇਣ ਫਾਇਦਾ ਉਹਨਾਂ ਨੂੰ? ਜ਼ਿਮੀਂਦਾਰ ਕਹੀ ਜਾਂਦਾ ਸਾਨੂੰ ਫਾਇਦਾ ਨਹੀਂ, ਇਹ ਅਸੀਂ ਜ਼ਿਮੀਂਦਾਰ ਨੂੰ ਫਾਇਦਾ ਬਹੁਤ ਹੈ ਇਹਨੇ, ਜੋ ਜ਼ਿਮੀਂਦਾਰ ਲੈ ਕੇ ਨਹੀਂ ਰਾਜੀ, ਇਹ ਕਾਨੂੰਨ ਆ ਤਾਂ ਸਾਡੇ 'ਤੇ ਲਾਗੂ ਹੀ ਨਾ ਹੋਣ, ਅਤੇ ਕਿਉਂ ਕਰਦੇ ਜੀ? ਇਹ ਤਾਂ ਆਪਦੀ ਅੜੀ 'ਤੇ ਬੈਠਿਆ ਜੀ ਇਹ ਤਾਂ। ਹਾਂਜੀ, ਕੀ ਸੋਚਦੇ ਹੋ ਉਸ ਸੰਘਰਸ਼ ਨੂੰ ਲੈ ਕੇ ਤੁਸੀਂ? ਨਹੀਂ, ਸੰਘਰਸ਼ ਜਿੱਤਣ ਗਏ ਜੀ ਉਹ ਬੈਠੇ ਆ ਉੱਥੇ ਸਾਰੇ, ਮੈਂ ਤਾਂ ਪਰਮਾਤਮਾ ਅੱਗੇ ਅਰਦਾਸ ਕਰਦਾ ਵੀ ਉੱਥੋਂ ਫਤਿਹ ਬਖਸ਼ਣ ਰੱਬ ਉਹਨੂੰ।
जी बिल्कुल जी, और बहुत बहुत शुक्रिया तू साडे नाल गलबात कीती, एक नवा तजर्बा जरा सानू भी मिलिया कि एंड साडे डेली पोस्ट पंजाबी दे दर्शक भी देखदे होणगे तां उह जरूर जिकर चाहुंदे आ खेतीबाड़ी खरबूजे दी जां तरबूज दी मतीरे दी और दालां दी और नाल दी नाल स्ट्रॉबेरी दी जिकर तुसीं जानकारी लैणी है तां जय सिंह वाला दे विच जगमोहन फार्म ने इत्थे तुसीं आ सकदे हो, उहनां दे फार्म हाउस दे विच मिल सकदे हो, उहनां आ के तुसीं सिखाओगे भी जे किसी ने तुहाडे तों जानकारी लैणी होवे तां। बिल्कुल जी, जदों मर्जी आओ जी, ते आपां हर वक्त तैयार हां जी, हरेक जिन्ना आपदे आप नूं पता उन्ना जरूर दस्सांगे जी उहनां नूं। सो बहुत बहुत शुक्रिया सर गलबात, धन्यवाद जी सारिआं दा। सो बिल्कुल जी, सन साडे नाल जगमोहन सिंह जो कि एक सफल किसान ने, लगातार लंबे समय तो विरासत में खेती मिली आलूआं दी, पर आलू की खेती लगातार कर रहे हैं, नाल दी नाल खेतों में एक नवा जिहड़ा ट्रायल है वह भी किया जा रहा, लीची का ट्रायल, स्ट्रॉबेरी का ट्रायल और नाल दी नाल बदामा की खेती जिहड़ी है हुण फिर शुरू करने वाले ने। सो जेकर तुसीं भी एक सफल किसान बनना चाहते हो, जो थानू लगता है कि असी कणक और झोने तो सिर्फ खाण पीन जोगा से कणक झोना लगाइए और बाकी जिहड़ी फसल है असी नवीं खेती करिए, तक चंगा मुनाफा तुसी कमा सकते हो। इस नाल जेकर तुसी अपनी नवी खेती कर रहे हो, कोई किसान सानू देख रहे हैं जां साडे नाल संपर्क करना चाहते हैं, तो डेली पोस्ट पंजाबी दे नाल तुसी संपर्क भी कर सकते हो, असी तुहाडे खेतां विच आ के तुहाडी खेती दिखावांगे, तुहाडे वल्लों मेहनत की जा रही है वह दिखावांगे, तां जो बाकी दे किसान भी तुहाडे तों प्रेरणा लैके सफल किसान बन सकन। हुण तुहाडे तों लवांगे आग्या सहयोगी साथी परविंदर सिंह दे नाल, मनदीप कौर संधू जय सिंह वाला तों सत श्री अकाल।